ਜੀ ਉਹਦਾ ਸਾਹਿਬ ਅੱਜ ਤੁਸੀਂ ਪਿਛਲੀ ਵਾਰ ਇੱਥੇ ਪਹੁੰਚੇ ਤੇ ਮੈਨੂੰ ਪਤਾ ਨਹੀਂ ਹੁਣ ਤੱਕ ਮਨਾਈ ਲਈ ਕੀ ਮੈਂ ਗੁਰੂ ਘਰ ਸ਼ੁਕਰਾਨਾ ਕਰਨਾ ਹੈ ਕਿ ਜਿਨ੍ਹਾਂ ਦੀ ਪਾਰ ਕਿਰਪਾ ਸਦਕਾ ਸੰਗਤ ਨੇ ਮੈਨੂੰ ਤੀਸਰੀ ਵਾਰ ਗੁਰੂ ਨਗਰੀ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਿਆ 18ਵੀਂ ਲੋਕ ਸਭਾ ਲਈ। ਮੈਂ ਸੱਚੇ ਪਾਤਸ਼ਾਹ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਸ਼ੁਕਰੀਆ ਕਰਨਾ ਔਰ ਨਤਮਸਤਕ ਹੋਣ ਆਏ ਹਾਂ ਹਰਿਮੰਦਰ ਸਾਹਿਬ। ਬਿਲਕੁਲ ਅਸੀਂ ਬਿਲਕੁਲ ਅਸੀਂ ਤਾਂ ਬਿਲਕੁਲ ਸਾਦਾ ਰੱਖਿਆ ਜੀ, ਕੋਈ ਢੋਲ ਨਹੀਂ ਕੋਈ, ਸਾਰਿਆਂ ਨੂੰ ਹੀ ਅਸੀਂ ਮਨ੍ਹਾ ਕੀਤਾ ਸੀ ਕਿ ਤੁਸੀਂ ਨਾ ਕਰਿਓ ਔਰ ਮੈਂ ਹਰ ਇੱਕ ਨੂੰ ਕਹੂੰਗਾ ਕਿ ਅਸੀਂ ਤਾਂ ਚਾਰ ਖਲੋ, ਖੈਰ ਇਹ ਤਾਂ ਅੱਜ ਜੂਨ ਦੇ ਕਰਕੇ ਹੈ ਬਟ ਮੈਂ ਹਮੇਸ਼ਾ ਹੀ ਸਾਦੇ ਤਰੀਕੇ ਨਾਲ ਹੀ ਆਉਂਦਾ, ਭਾਵੇਂ ਕੋਈ ਕਿੰਨੀ ਵੀ ਖੁਸ਼ੀ ਹੋਵੇ ਕੁਛ ਵੀ ਹੋਵੇ, ਗੁਰੂ ਘਰੋਂ ਕੁਛ ਅਰਦਾਸ ਬੇਨਤੀ ਵੀ ਕਰਨੀ ਹੋਵੇ ਤਾਂ ਸਾਦੇ ਪਰਿਵਾਰ ਦੇ ਨਾਲ ਆ ਕੇ ਮੱਥਾ ਟੇਕ ਕੇ ਜਾਈਦਾ, ਟਿਕਟ ਮਿਲੇ ਵੀ ਜਿੱਤ ਵੀ ਹੋਵੇ ਤਾਂ ਹਮੇਸ਼ਾ ਹੀ ਸਾਦੇ ਢੰਗ ਨਾਲ ਜਾਈਦਾ ਕਿਉਂਕਿ ਇਸ ਘਰ ਦੇ ਵਿੱਚ ਅਸੀਂ, ਮੇਰਾ ਮੰਨਣਾ ਹੈ ਕਿ ਜਿਨ੍ਹਾਂ ਨੇ ਹੋ ਕੇ ਆ ਸਕਦੇ ਉਹਨਾਂ ਨੇ ਹੋ ਕੇ ਆਉਣਾ ਚਾਹੀਦਾ।